jungle. Sir, थोड़ा इधर आए, ट्रैक्टर आ जाए. सभा की चिट्ठी दिखी आ मैं इन्हों क्या इन्नी तो थोड़ी नौकरी नहीं 15 साल सानू कदे जान तो इतने रोकया नहीं कदे पुछया नहीं गया अज गल किसानी की है तो किसानी के किसान के गड्ढे नू रोकया जा रहा तो सरकार की इतो मंशा साफ है ये कि रफेल है जो अंदर जाके कुछ करते लगता बेचारा जिन्हें अन्नदाता एदा गड्ढा है इनू रोकी जाते हैं इतों ही मंशा साफ है। राणा गुरजीत कहते हैं कि अकाली दल चीफ स्टंट कर रहा कहते अगे ट्रैक्टर से आज भी आ जाना राणा गुरजीत हमें कह के गए हाँ जी राणा गुरजीत हमें कह के गए हैं जी अगे भी कहते ट्रैक्टर से आज भी आ जाए चीफ स्टंट है कहते अकाली दल राणा गुरजीत जी पूछ लियो कोई लिखा कि आना
ਸਾਡਾ ਗੁਰਜੀਤ ਜੀ ਨੂੰ ਤਾਂ ਇਹਨਾਂ ਦੇ ਨਾਲ ਖਲੋਣਾ ਚਾਹੀਦਾ ਸਾਡੇ ਨਾਲ ਉਹ ਸਰਕਾਰਾਂ ਨਾਲ ਰਲ ਗਏ ਆ ਪਰ ਰੌਲਾ ਤਾਂ ਕੁਰਸੀ ਦਾ ਰੌਲਾ ਕਿਸਾਨੀ ਦਾ ਨਹੀਂ ਇਹ ਬਿੱਲ ਜਿਹੜਾ ਹੈ ਇਹ ਜਿਵੇਂ ਇਹ ਇਕੱਲਾ ਕੁਰਸੀਆਂ ਦਾ ਰਾਖੇ ਨੇ ਕਾਂਗਰਸੀ ਨਹੀਂ ਤਾਂ ਕਿਸਾਨਾਂ ਦੇ ਹੱਕ 'ਚ ਖਲੋਣ ਹੁਣ ਕੋਈ ਸਮਝੌਤਾ ਹੁੰਦਾ ਸੀਗਾ ਕਿ ਨਹੀਂ ਜੇ ਅੱਗੇ ਜਾਣ ਬੈਠੇ ਆ ਜੀ ਜਾਣ ਦੇਣਗੇ ਠੀਕ ਆ ਨਹੀਂ ਤਾਂ ਵਿਧਾਨ ਸਭਾ ਤਾਂ ਪਹੁੰਚਾਂਗੇ ਹਲੇ ਕੋਸ਼ਿਸ਼ ਨਾ ਸਰ ਅੱਗੇ ਨਾ ਅੱਗੇ ਨਾ ਖੁੱਲ ਜਾਓ ਜੀ ਖੁੱਲ ਜਾਓ ਖੁੱਲ ਜਾਓ ਥੋੜੇ ਜੇ ਹਾਂਜੀ ਸਰ ਸਰ ਅੱਗੇ ਨਾ ਆਓ ਅੱਗੇ ਨਾ ਆਓ ਸਰ ਅੱਗੇ ਨਾ ਆਓ ਖੁੱਲ ਜਾਓ ਜੀ ਖੁੱਲ ਜਾਓ ਖੁੱਲ ਜਾਓ ਖੁੱਲ ਜਾਓ ਖੁੱਲ ਜਾਓ ਖੁੱਲ ਜਾਓ ਖੁੱਲ ਜਾਓ ਸਰ ਮੋਦੀ ਸਰਕਾਰ ਮੋਦੀ ਕੈਪਟਨ ਦੀ ਯਾਰੀ ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਫਿਕਸ ਮੈਚ ਬੰਦ ਕਰੋ ਮੈਚ ਬੰਦ ਕਰੋ ਬੰਦ ਕਰੋ ਬੰਦ ਕਰੋ ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਮੋਦੀ ਕੈਪਟਨ ਦੀ ਯਾਰੀ ਕਿਸਾਨ ਨਾਲ ਕੀਤੀ ਗਦਾਰੀ ਮੋਦੀ ਕੈਪਟਨ ਦੀ ਯਾਰੀ ਕਿਸਾਨ ਨਾਲ ਕੀਤੀ ਗਦਾਰੀ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਸਿਰਫ ਧੋਖਾ ਹੀ ਦੇਣਾ ਔਰ ਇਹ ਜੱਗ ਜਾਹਿਰ ਹੈ ਕੀ ਲੁਕਾਉਣ ਨੂੰ ਕੀ ਆ ਅਸੀਂ ਜੀ ਲੁਕਾਉਣ ਨੂੰ ਹੈ ਕੀ ਦੇਖੋ ਕੀ ਕਿਸਾਨ ਮੂਰਖ ਹੈ ਕੀ ਖੇਤ ਮਜ਼ਦੂਰ ਮੂਰਖ ਹੈ ਪੰਜਾਬ ਦੇ ਲੋਕ ਮੂਰਖ ਹੈ ਉਹਨਾਂ ਨੂੰ ਪਤਾ ਸਾਡੇ ਭਲੇ ਚ ਕੀ ਹੈ ਦਿਖਾ ਦਿਓ ਉਹਨਾਂ ਨੂੰ ਉਹ ਇੱਕ ਮਿੰਟ ਚ ਮੋਰ ਲਾ ਦੂ ਨਿਆਣਾ ਜੇ ਕੋਈ 3 ਸਾਲ ਦਾ ਨਿਆਣਾ ਧਰਨੇ ਚ ਜਾ ਸਕਦਾ ਨਾ ਉਹ ਇਹ ਵੀ ਫਿਰ ਸਮਝ ਗਿਆ ਹੋਣਾ ਕਿ ਇਹ ਮੁੱਦਾ ਕੀ ਹੈ ਲੜਾਈ ਪੰਜਾਬ ਦੇ ਭਲੇ ਦੀ ਲੜਾਈ ਅਸੀਂ ਲੜਾਈ ਲੜ ਰਹੇ ਹਾਂ ਔਰ ਲੋਕਾਂ ਨੂੰ ਦੱਸਦੇ ਰਵਾਂਗੇ ਕਿ ਜੋ ਦਿੱਲੀ ਨਾਲ ਫਿਕਸਡ ਮੈਚ ਚੱਲ ਰਿਹਾ ਨਹੀਂ ਤਾਂ ਲੁਕਾਉਣ ਨੂੰ ਕੁਛ ਹੈ ਨਹੀਂ ਕਾਂਗਰਸ ਕਾਂਗਰਸ ਜੇ ਸੱਚੀ ਹੋਵੇ ਤੇ ਸਾਰਾ ਕੁਛ ਸਾਹਮਣੇ ਰੱਖਦੇ ਲੋਕਾਂ ਕੇ ਮਗਰ ਜਿਹੜਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਸੈਸ਼ਨ ਸੱਦਣਾ ਹੀ ਨਹੀਂ ਖਟਕਰ ਕਲਾਂ ਦੀ ਧਰਤੀ ਤੇ ਗੱਲ ਕਹੀ ਨਾ ਔਰ ਅੱਜ ਜੇ ਸੈਸ਼ਨ ਸੱਦਿਆ ਤੇ ਲੋਕਾਂ ਨੇ ਜਦ ਗੂਠ ਦਿੱਤਾ ਤਾਂ ਸੱਦਿਆ ਹੁਣ ਫੇਰ ਭੱਜਦੇ ਦਿਸਦੇ ਦੇਖੋ ਫਾਰਮਰਸ ਨੂੰ ਦਿੱਲੀ ਸੱਦ ਕੇ ਉਹਨਾਂ ਨੂੰ ਅਪਮਾਨਿਤ ਕਰਨਾ ਉਹਨਾਂ ਨੂੰ ਨਾਮ ਮਿਲਣਾ ਫਿਰ ਉਹਨਾਂ ਦੀ ਇੰਟੈਲੈਕਟ ਨੂੰ ਕੁਐਸਚਨ ਕਰਨਾ ਇੱਕ ਕੋਈ ਪੰਜਾਬੀ ਨਹੀਂ ਬਰਦਾਸ਼ਤ ਕਰੂਗਾ ਔਰ ਦਿੱਲੀ ਦੇ ਨਕਸ਼ੇ ਕਦਮ ਤੇ ਕੈਪਟਨ ਅਮਰਿੰਦਰ ਸਿੰਘ ਜੀ ਤੁਰੇ ਹੋਏ ਵਾਟ ਹੈਜ਼ ਹੀ ਟੂ ਹਾਈਡ ਕੀ ਲੁਕਾਉਣਾ ਚਾਹੁੰਦੇ ਦਸ ਦਿਨ ਲੋਕਾਂ ਨੂੰ ਕੀ ਲਿਆ ਰਹੇ ਆ ਲੋਕ 2 ਮਿੰਟ 'ਚ ਫੈਸਲਾ ਕਰ ਦੇਣਗੇ ਕਿ ਉਹਨਾਂ ਦਾ ਮੂਰਖ ਬਣਾਇਆ ਜਾ ਰਿਹਾ ਕਿ ਇਹਦੇ 'ਚੋਂ ਕੋਈ ਹੱਲ ਨਿਕਲੂ ਮੈਂ ਸਪਸ਼ਟ ਤੌਰ 'ਤੇ ਕਹਿ ਰਿਹਾ ਕਿ ਕਾਂਗਰਸ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਨਾਲ ਗੇਮ ਖੇਡ ਰਹੀ ਹੈ ਕਿਸਾਨਾਂ ਨਾਲ ਗੇਮ ਖੇਡ ਰਹੀ ਹੈ ਕਿਸਾਨ ਨੂੰ ਮੂਰਖ ਬਣਾਉਣਾ ਚਾਹੁੰਦੀ ਔਰ ਕੁਛ ਨਹੀਂ ਕਰਦੀ ਇਹਨਾਂ ਦੀ ਮਨਸ਼ਾ ਹੀ ਸਾਫ਼ ਨਹੀਂ ਜੇ ਸਾਫ਼ ਹੁੰਦੀ ਤਾਂ ਸਾਰਾ ਕੁਛ ਲੋਕਾਂ ਦੇ ਸਾਹਮਣੇ ਰੱਖ ਦਿੰਦੇ ਬਲੈਕ ਐਂਡ ਵਾਈਟ 'ਚ ਪੈ ਜਾਂਦਾ ਇਸਾ ਵਾਸ਼ ਆਊਟ ਅੱਜ ਕਾ ਵਾਸ਼ ਆਊਟ ਰਹਾ ਹੈ ਸਪੈਸ਼ਲ ਸੈਸ਼ਨ ਐਮਰਜੈਂਸੀ ਸੈਸ਼ਨ ਕਿਸਾਨ ਕੇ ਕਾਲੇ ਕਾਨੂੰਨ ਰੱਦ ਕਰਨੇ ਕੇ ਲਈ ਬੁਲਾਇਆ ਥਾ ਕਿਸਾਨ ਕੀ ਤੋਂ ਬਾਤ ਹੀ ਨਹੀਂ ਹੋਈ ਕਿਸਾਨ ਕੀ ਬਾਤ ਨਹੀਂ ਹੋਈ ਮੀਡੀਆ ਕੋ ਰੋਕ ਦਿਆ ਗਿਆ ਐਮਰਜੈਂਸੀ ਲਗਾ ਦੀ ਇੰਦਰਾ ਗਾਂਧੀ ਆ ਗਈ ਅੱਜ ਤੋਂ ਵੋ ਹਾਲਾਤ ਪੈਦਾ ਕਰੇ ਕਿ ਅੰਦਰ ਕੋਈ ਜਾਏ ਨਾ ਸੱਚ ਬਾਹਰ ਆਏ ਨਾ ਅਸਲੀਅਤ ਹੈ ਕਿਸਾਨ ਕਾ ਤੋ ਇੱਕ ਮੁੱਦਾ ਡਿਸਕਸ ਨਹੀਂ ਹੋਇਆ ਜਬਕਿ ਜੋ ਕਿਸਾਨ ਇਸ ਅੰਦੋਲਨ ਮੇ ਕੁਰਬਾਨੀ ਦੇ ਗਏ ਹੈ ਉਨਕਾ ਤੱਕ ਉਹ ਸ਼ਰਧਾਂਜਲੀ ਦੇ ਕੇ ਰਾਜੀ ਨਹੀਂ ਸੀ ਸੋ ਜੋ ਫਿਕਸਡ ਮੈਚ ਚੱਲ ਰਿਹਾ ਹੈ
और किसान को और खेत मजदूर को पंजाब के लोगों को मूर्ख बनाने की कोशिश की जा रही है उसनु असी कंडेम कर दे। फिक्स्ड मैच यही है जेड़ा महीना हो गया जी, एक महीना हो गया, एक महीना हो गया लोकसभा राज्यसभा में बिल पास हुए को, और इसमें एक महीने में अगर कांग्रेस की सलाह नहीं हो रही, बड़ा क्लियर है कि फिक्स्ड मैच है। मसला बड़ा सिंपल है, पंजाब सारी को मंडी ऐलान दो कि कोई प्राइवेट मंडी खुल ना सके, जब एपीएमसी मंडी एक्ट के नीचे सारा पंजाब आ जाएगा तो फिर सरकारी खरीद होगी। दूसरी बात एमएसपी कह दो कि एमएसपी के नीचे खरीद हो नहीं सकती, अगर कोई करेगा उस पर पर्चा दर्ज होएगा, उसको जुर्माना लगेगा, किसी ने कर नहीं सकना। बात तो और कोई रह नहीं गई, बात रहेगी सिर्फ फिक्स्ड मैच की। आप सेशन बुलाओ और किसान लफ्ज तक ना होए, सर खेत मजदूर का जिक्र तक ना होए। एक महीने से ज्यादा हो गया, क्या सलाह करनी है? दिल्ली से फोन आएगा, फिर बिल आएगा, नहीं तो लोगों को बुरक बनाया जाएगा और विश्वास घात हुआ है लोगों के साथ। बीपी जी साडा भरोसा था उठ गया, तदे बैठे थे, किसानों भी मूर्ख बना रहे, सानू भी बना रहे, सारे पंजाब नू बनाते हुए एक लफ्ज दे यही अज कह देंगे कि असी काले कानून रद्द कर दे। 28 का जेड़ा इन्होंने मता पास किया किथे दे छड़िया, वो इसीलिए नहीं भेजा क्योंकि दिल्लियों हुक्म नहीं सी, ओही कुछ अज वेखण नू मिले। फ्रंटल ले लो, फ्रंटल ले लो।